ਹਾਂਜੀ ਅੱਜ ਤੁਹਾਨੂੰ ਆਈਫੋਨ ਦੀਆਂ ਤਿੰਨ ਟਿਪਸ ਅੱਧਰ ਦਿਨ ਦੱਸਾਂਗੇ ਜਿਹੜੀਆਂ ਤੁਹਾਡੇ ਡੇਲੀ ਬੇਸਿਸ ਤੇ ਬਹੁਤ ਕੰਮ ਆ ਸਕਦੀਆਂ ਨੇ ਆਓ ਜੀ ਜਦੋਂ ਤੁਸੀਂ ਕੈਲਕੂਲੇਟਰ ਯੂਜ਼ ਕਰਦੇ ਹੋ ਕੋਈ ਵੀ ਨੰਬਰ ਤੁਸੀਂ ਪਾਉਨੇ ਹੋ ਸੋ ਤੁਹਾਨੂੰ ਦੁਬਾਰਾ ਤੋਂ ਸਟਾਰਟ ਕਰਨ ਦੀ ਲੋੜ ਨਹੀਂ ਹੈਗੀ ਲੈ ਸੇ ਤੁਸੀਂ ਕੋਈ ਵੀ ਨੰਬਰ ਇੱਕ ਗਲਤ ਪਾ ਦਿੱਤਾ ਤੁਸੀਂ ਸਿੰਪਲੀ ਸਵਾਈਪ ਲੈਫਟ ਕਰ ਦੇਣਾ ਤੇ ਉਹ ਇੱਕ ਨੰਬਰ ਡਿਲੀਟ ਹੋ ਜਾਣਾ ਟਿਪ ਨੰਬਰ ਸੈਕੰਡ ਤੁਸੀਂ ਆਪਣੀ ਸੈਟਿੰਗਸ ਵਿੱਚ ਜਾਓਗੇ ਸੈਟਿੰਗਸ ਦੇ ਵਿੱਚ ਤੁਸੀਂ ਜਾ ਕੇ ਜਾਓਗੇ ਕੰਟਰੋਲ ਸੈਂਟਰ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਕਰੋਗੇ ਪਲੱਸ ਟੈਕਸਟ ਸਾਈਜ਼ ਦੇ ਠੀਕ ਹੈ ਲੱਸੇ ਤੁਸੀਂ ਤੁਹਾਡੀ ਨਿਗਾ ਅੱਖਾਂ ਦੀ ਕਮਜ਼ੋਰ ਆ ਜਾਂ ਤੁਹਾਡੇ ਤੋਂ ਛੋਟੇ ਅੱਖਰ ਪੜ ਨਹੀਂ ਹੁੰਦੇ ਤੁਸੀਂ ਕੀ ਕਰਨਾ ਤੇ ਸਵਾਈਪ ਡਾਊਨ ਕਰਨਾ ਤੇ ਤੁਸੀਂ ਇੱਥੇ ਜਿਹੜਾ ਇਹ ਲੈਟਰਸ ਬਣੇ ਹੋਏ ਨੇ ਏ ਏ ਨੇ ਇਹਨੂੰ ਕਰਕੇ ਟੈਕਸ ਸਾਈਜ਼ ਨੂੰ ਵਧਾ ਦੇਣਾ ਹੈਗਾ 135 ਤੱਕ ਕਰ ਦੇਣਾ ਹੈਗਾ ਫਿਰ ਤੁਸੀਂ ਜਿੱਦਾਂ ਵੀ ਤੁਸੀਂ ਚਾਹੁੰਦੇ ਹੋ ਕਿ ਸੈਟਿੰਗ ਓਨਲੀ ਤੇ ਤੁਸੀਂ ਕਲਿੱਕ ਕੀਤਾ ਤੇ ਸਾਨੂੰ ਕਹਿੰਦਾ ਸੈਟਿੰਗਸ ਤੇ ਹੀ ਅੱਖਰ ਵੱਡੇ ਦਿਖਣੇ ਆ ਆ ਦੇਖੋ ਜਿਵੇਂ ਕਿ ਦੇਖ ਸਕਦੇ ਹੋ ਅੱਖਰ ਵੱਡੇ ਹੋਗੇ ਇਹਨਾਂ ਤੁਹਾਨੂੰ ਫਾਇਦਾ ਹੋ ਜਾਣਾ ਹੈਗਾ ਸੋ ਐਨੇ ਹੀ ਤੁਸੀਂ ਇਹਨੂੰ ਛੋਟਾ ਕਰਦੇ ਨੇ ਜਿੰਨ ਜਿੰਨਾ ਵੀ ਤੁਸੀਂ ਸਾਈਜ਼ ਰੱਖਣਾ ਚਾਹੁੰਦੇ ਹੋ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਹੁਣ ਆਪਾਂ ਮੀਡੀਅਮ ਸਾਈਜ਼ ਕਰਤਾ ਜੀ ਜਿਵੇਂ ਕਿ ਦੇਖ ਸਕਦੇ ਹੋ ਹੁਣ ਜਿਵੇਂ ਕਿ ਦੇਖ ਸਕਦੇ ਹਾਂ ਫੇਸਬੁਕ ਤੇ ਆਪਾਂ ਪੈਸੇ ਲਈ ਜਿਹੜਾ ਖਰਬੋਤ ਛੋਟੇ ਲਿਖੇ ਹੋਏ ਆ ਸੋ ਆਪਾਂ ਸਵਾਈਪ ਡਾਊਨ ਕਰ ਦੇਣਾ ਹੈਗਾ ਐਏ ਤੇ ਪ੍ਰੈਸ ਕਰ ਦੇਣਾ ਹੈਗਾ ਟੈਕ ਸਾਈਜ਼ ਆਪਾਂ ਬਤਾਉਣਾ ਹੈਗਾ ਜਿੰਨਾ ਵਧਾ ਸਕਦੇ ਆ ਫੇਸਬੁਕ ਓਨਲੀ ਕਿਉਂਕਿ ਦੀ ਫੇਸਬੁਕ ਦੇ ਵਿੱਚੋਂ ਠੀਕ ਆ ਜੀ ਹੁਣ ਆਪਾਂ ਬਾਹਰ ਆਈਏ ਜਿਵੇਂ ਕਿ ਦੇਖ ਸਕਦੇ ਹੋ ਅੱਖਰ ਕਿੰਨੇ ਵੱਡੇ ਹੋ ਗਏ ਸੋ ਜੇ ਤੁਹਾਡੀ ਨਿਗਾਹ ਕਮਜ਼ੋਰ ਆ ਜਾਂ ਤੁਹਾਡੇ ਘਰ ਦੇ ਬਜ਼ੁਰਗ ਨੇ ਉਹਨਾਂ ਦੀ ਨਿਗਾਹ ਕਮਜ਼ੋਰ ਆ ਇਸ ਤਰ੍ਹਾਂ ਉਹਨਾਂ ਨੂੰ ਤੁਸੀਂ ਅੱਖਰ ਵੱਡੇ ਕਰਕੇ ਦੇ ਸਕਦੇ ਹੋ ਸੋ ਉਹ इजीली ਰੀਡ ਕਰ ਸਕਣ ਤੇ ਲੈਸ ਸੇ ਤੁਸੀਂ ਆਪਣੀ ਸਕਰੀਨ ਰਿਕਾਰਡਿੰਗ ਕਰ ਰਹੇ ਹੋ ਠੀਕ ਹੈ ਨਾਰਮਲੀ ਆਪਾਂ ਸਕਰੀਨ ਰਿਕਾਰਡਿੰਗ ਇਦਾਂ ਲਾਦਨ ਦੇ ਹੈਗੇ ਆ ਤੁਹਾਡੀ ਸਕਰੀਨ ਰਿਕਾਰਡਿੰਗ ਸਟਾਰਟ ਹੋਣੀ ਸ਼ੁਰੂ ਹੋਗੀ ਤੁਸੀਂ ਜਿੱਤੇ ਲੌਂਗ ਪ੍ਰੈਸ ਕਰੋਗੇ ਨਾਲ ਤੁਸੀਂ ਆਪਣਾ ਮਾਈਕ੍ਰੋਫੋਨ ਵੀ ਔਨ ਕਰ ਸਕਦੇ ਹੋ ਸੋ ਇਸ ਤਰ੍ਹਾਂ ਵਾਇਰਲ ਰਿਕਾਰਡਿੰਗ ਤੁਸੀਂ ਆਪਣੀ ਵਾਇਰਲ ਸਕਰੀਨ ਰਿਕਾਰਡਿੰਗ ਕਰਦੇ ਹੋਇਆ ਤੁਸੀਂ ਆਪਣੀ ਵੌਇਸ ਵੀ ਰਿਕਾਰਡ ਕਰ ਸਕਦੇ ਹੋ ਸੋ ਐਸ ਵੇਲੇ ਮੈਂ ਸਕਰੀਨ ਰਿਕਾਰਡਿੰਗ ਵੀ ਕਰ ਰਿਹਾ ਹਾਂ ਨਾਲ ਮੈਂ ਆਪਣਾ ਆਈਫੋਨ ਵੀ ਚਲਾ ਰਿਹਾ ਹਾਂ ਤੇ ਨਾਲ ਨਾਲ ਮੇਰੀ ਜਿਹੜੀ ਵੌਇਸ ਵੀ ਰਿਕਾਰਡ ਹੋ ਰਹੀ ਹੈ ਸੋ ਇਦਾਂ ਦੀ ਹੋਰ ਟਿਪਸ ਟ੍ਰਿਕਸ ਲਈ ਵੀਡੀਓਜ਼ ਲਈ ਲਾਈਕ ਸ਼ੇਅਰ ਫੋਲੋ ਜਰੂਰ ਕਰ ਦਿਆ ਕਰੋੀ ਥੈਂਕ ਯੂ so much ਰੱਬ ਦਾ ਅਨੁਸਾਰ ਚੜਦੀ ਕਲਾ ਚਰਕੇ ਹੱਸਦਾ ਵਸਦਾ ਰਕੇ ਬਹੁਤ ਧੰਨਵਾਦ ਬਾਕੀ ਮੇਰੇ ਇੰਸਟਾਗ੍ਰam ਤੇ ਤੇ YouTube ਦੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੀ ਥੈਂਕ ਯੂ so much